म्यूजिक दी एक पूरी सदी सुरां दे दूल्हा सरदूल सिकंदर आज वो सानू छड़ के चले गए ने। तारा टूटे आसमान दी एक चूक एक जख्म जिहा कर जाए वाह पर ए चंद्रा दिल जद भी टूटिया क्या बात एदी टूटिया आवाज ना आवे क्या बात है क्या बात है। जेड़े सुर नू प्यार करते ने जेड़े सुरीले संगीत नू प्यार करते ने उस सरदूल सिकंदर साहब नू कदी भी भुल नहीं सकते। जे सैड गाना गाया ते ऐसा गाया वे अंबरा ते चाड़ साड़ी हथी डोर छड़ेगा पता ने सी साड़े जाना सब ने जेड़ा आया उन्हें जाना एक दिन पर इदा बेवक्त जेड़ा विछोड़ा है उदी सट बहुत ज्यादा गहरी हुंदी है। सरदूल भाजी का थां नहीं कोई ले सकता तेरे नालों सानू बेचना रब भी करीब नहीं तेरे कोलो यारा सानू एहो जही उम्मीद नहीं पंजाब दे मशहूर गायक सरदूल सिकंदर दा देहांत हो चुका है। 60 साल दी उम्र विच उन्हां मोहाली दे फोर्टिस्ट हस्पताल विच आखरी साल है। सरदूल सिकंदर पिछले 1.5 महीने तो फोर्टिस्ट हस्पताल विच कोरोना वायरस दे नाल लड़ रहे सी। उन्हां दी मौत दी खबर दे नाल पूरी पंजाबी इंडस्ट्री विच सोग दी लहर दौड़ पई। पंजाब दीआं कई मशहूर हस्तियां ने सरदूल सिकंदर दी मौत दी खबर दा दुख जाहिर कीता है। दस दिए कि कैप्टन अमरिंदर सिंह ने भी सोशल मीडिया उत्ते पोस्ट शेयर कर दुख प्रगट किया है। वो लिखते ने प्रसिद्ध पंजाबी गायक सरदूल सिकंदर जी का देहांत साडे सारे लिए असह दुख है ते ना पूरा होने वाला घाटा है। वो पिछले दिन ही COVID-19 पॉजिटिव पाए गए सन ते जेरे इलाज सन। उन्हां दी पंजाबी संगीत नूं देण बहुत वड्डी है जो सदा साडियां पीढ़ियां नूं प्रेरित करती रहेगी। मेरियां अरदासां सिकंदर जी दे परिवार दे नाल ने। ਵਾਹਿਗੁਰੂ ਜੀ ਪਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਥਾਂ ਦੇਣ। ਦੱਸ ਦਈਏ ਕਿ ਬਾਲੀਵੁੱਡ ਸਟਾਰ ਜ਼ਰੀਨ ਖਾਨ, ਹੈਪੀ ਰਾਏ, ਪੋਟੀ, ਹਰਸ਼ਦੀਪ ਕੌਰ ਅਤੇ ਕਈ ਹੋਰ ਕਲਾਕਾਰਾਂ ਨੇ ਇਸ ਦੁਖਦਾਇਕ ਘਟਨਾ ਤੇ ਦੁੱਖ ਜ਼ਾਹਰ ਕੀਤਾ ਹੈ। ਮਾਸਟਰ ਸਲੀਮ ਨੇ ਵੀ ਲਾਈਵ ਹੋ ਕੇ ਨਮ ਅੱਖਾਂ ਦੇ ਨਾਲ ਇਸ ਘਟਨਾ ਤੇ ਦੁੱਖ ਪ੍ਰਗਟ ਕੀਤਾ ਹੈ। ਮੈਨੂੰ ਸਮਝ ਨਹੀਂ ਆ ਰਹੀ ਮੈਂ ਕੀ ਕਵਾਂ। ਮਿਊਜ਼ਿਕ ਦਾ ਪੂਰਾ ਇੰਸਟੀਟਿਊਟ, ਮਿਊਜ਼ਿਕ ਦੀ ਇੱਕ ਪੂਰੀ ਸਦੀ, ਮਿਊਜ਼ਿਕ ਦਾ ਦੂਜਾ ਨਾਮ ਸਰਦੂਲ ਸਿਕੰਦਰ ਸਾਹਿਬ, ਕਦੀ ਸੋਚਿਆ ਨਹੀਂ ਸੀ ਮੈਂ ਕਿ ਮੈਨੂੰ ਇਹ ਦੱਸਣਾ ਪਏਗਾ ਤੁਹਾਨੂੰ ਸਾਰਿਆਂ ਨੂੰ ਕਿ ਸਾਡੇ ਕਿਸੇ ਦਾ ਭਰਾ, ਕਿਸੇ ਦਾ ਚਾਚਾ, ਕਿਸੇ ਦਾ ਜੀਜਾ, ਕਿਸੇ ਦਾ ਮੇਰਾ ਤਾਂ ਜੀਜਾ ਸੀ, ਨੂਰੀ ਦੀਦੀ ਸਿਸਟਰ, ਭੈਣ ਬੋਲਦਾ ਉਹਨਾਂ ਨੂੰ ਮੈਂ, ਸਰਦੂਲ ਭਾਜੀ ਨਹੀਂ ਰਹੇ। ਬਹੁਤ ਸਾਰੇ ਮੈਨੂੰ ਫੋਨਸ ਆ ਰਹੇ ਸੀ, ਬਹੁਤ ਸਾਰੇ ਕਾਲਸ, ਬਹੁਤ ਸਾਰੇ। ਮੈਂ ਸਾਰਿਆਂ ਨੂੰ ਦੱਸਣਾ ਚਾਹੁੰਦਾ ਕਿ ਯਾਰ ਸੁਰਾਂ ਦਾ ਦੁੱਲਾ ਜਿਹਨੇ ਸੁਰਾਂ ਨੂੰ ਵਿਆਹਿਆ ਸੀ, ਮੈਂ ਹਰ ਸਟੇਜ 'ਤੇ ਜਦੋਂ ਇਕੱਠੇ ਹੁੰਦੇ ਸੀ ਅਸੀਂ ਹਰ ਜਗ੍ਹਾ ਜਿੱਥੇ ਵੀ ਕਿਤੇ ਸਰਦੂਲ ਭਾਜੀ ਦਾ ਮੇਲ ਹੁੰਦਾ ਸੀ ਉਦੋਂ ਮੈਂ ਕਹਿੰਦਾ ਹੁੰਦਾ ਸੀ ਕਿ ਇਹ ਉਹ ਸ਼ਖਸ ਨੇ ਜਿਨ੍ਹਾਂ ਨੇ ਸੁਰਾਂ ਨੂੰ ਵਿਆਹਿਆ ਹੋਇਆ ਆਪਣੇ ਨਾਲ, ਸੁਰਾਂ ਦੇ ਦੁੱਲਾ ਸਰਦੂਲ ਸਿਕੰਦਰ ਅੱਜ ਉਹ ਸਾਨੂੰ ਛੱਡ ਕੇ ਚਲੇ ਗਏ ਨੇ। ਰਾਤੀ ਮੈਂ ਸੀਗਾ ਉਹਨਾਂ ਦੇ ਕੋਲ ਹੋਸਪਿਟਲ 'ਚ, ਰਾਤੀ ਥੋੜ੍ਹੇ ਠੀਕ ਸੀਗੇ ਉਹ,
ਤੇ ਦਿਲ ਨੂੰ ਇੱਕ ਤਰਵਾਸ ਜਿਹਾ ਹੋ ਗਿਆ ਸੀ, ਇੱਕ ਇੱਕ ਯਕੀਨ ਜਿਹਾ ਹੋ ਗਿਆ ਸੀ ਵੀ ਹੁਣ ਮੋੜਾ ਪੈ ਗਿਆ, ਠੀਕ ਠਾਕ ਹੋ ਜਾਣਗੇ, ਹੈ ਨਾ। ਪਰ ਮੈਂ ਜਦੋਂ ਸਵੇਰੇ ਉੱਠਿਆ, ਉੱਠਦਿਆਂ ਸਾਰ ਹੀ ਸਭ ਤੋਂ ਪਹਿਲੀ ਨਿਊਜ਼ ਮੈਨੂੰ ਇਹੀ ਮਿਲੀ ਔਰ ਮਨ ਮੇਰਾ ਤਾਰ ਤਾਰ ਹੋ ਗਿਆ। ਉਹਨਾਂ ਨੂੰ ਪਿਆਰ ਕਰਨ ਵਾਲਿਆਂ ਦੀ ਗਿਣਤੀ ਬਹੁਤ ਹੈ, ਜਿਹੜੇ ਸੁਰ ਨੂੰ ਪਿਆਰ ਕਰਦੇ ਨੇ, ਜਿਹੜੇ ਸੁਰੀਲੇ ਸੰਗੀਤ ਨੂੰ ਪਿਆਰ ਕਰਦੇ ਨੇ, ਉਹ ਸਰਦੂਲ ਸਿਕੰਦਰ ਸਾਹਿਬ ਨੂੰ ਕਦੀ ਵੀ ਭੁੱਲ ਨਹੀਂ ਸਕਦੇ। ਜੇ ਸੈਡ ਗਾਣਾ ਗਾਇਆ ਤਾਂ ਐਸਾ ਗਾਇਆ, ਜੇ ਨੱਚਣ ਟੱਪਣ ਵਾਲਾ ਗਾਇਆ ਤਾਂ ਐਸਾ ਗਾਇਆ, ਜੇ ਮਾਤਾ ਦੀਆਂ ਭੇਟਾਂ ਗਾਈਆਂ ਤਾਂ ਐਸੀਆਂ ਗਾਈਆਂ, ਜੇ ਗੁਰਬਾਣੀ ਗਾਈ ਤਾਂ ਬਹੁਤ ਕਮਾਲ ਗਾਈ। ਸਮਝ ਨਹੀਂ ਆ ਰਿਹਾ ਕੀ ਕਵਾਂ, ਬਸ ਮੈਂ ਆਪਣੇ ਆਪ ਨੂੰ ਲੱਕੀ ਸਮਝਦਾ। ਉਹਨਾਂ ਨੇ ਜਿਹੜਾ ਲਾਸਟ ਗਾਣਾ ਗਾਇਆ ਉਹ ਮੇਰੇ ਨਾਲ ਗਾਇਆ ਸੀ, ਇੱਕੋ ਰੱਬ, ਮੈਂ, ਫਿਰੋਜ਼ ਅਤੇ ਸਰਦੂਲ ਭਾਜੀ ਨੇ। ਉਦੋਂ ਵੀ ਉਹਨਾਂ ਨੇ ਮੇਰਾ ਬਹੁਤ ਸਾਥ ਦਿੱਤਾ, ਬਹੁਤ ਪਿਆਰ ਮਾਣ ਕਰਦੇ ਸੀ ਮੇਰਾ। ਉਹ ਜਿੰਨੇ ਉਹ ਵੱਡੇ ਇਨਸਾਨ ਸੀ ਉਨੇ ਉਹ ਝੁਕੇ ਹੋਏ ਰਹਿੰਦੇ ਸੀ। ਬੜਾ ਮਨ ਅੰਦਰੋਂ ਦੁਖੀ ਹੋ ਗਿਆ। ਜਾਣਾ ਸਭ ਨੇ, ਜਿਹੜਾ ਆਇਆ ਉਹਨੇ ਜਾਣਾ ਇੱਕ ਦਿਨ, ਪਰ ਇੱਦਾਂ ਬੇਵਕਤ ਜਿਹੜਾ ਵਿਛੋੜਾ ਹੈ ਉਹਦੀ ਸੱਟ ਬਹੁਤ ਜ਼ਿਆਦਾ ਗਹਿਰੀ ਹੁੰਦੀ ਹੈ। ਸਰਦੂਲ ਭਾਜੀ ਦਾ ਥਾਂ ਨਹੀਂ ਕੋਈ ਲੈ ਸਕਦਾ, ਕੋਈ ਵੀ ਕਿਸੇ ਦੀ ਥਾਂ ਨਹੀਂ ਲੈ ਸਕਦਾ, ਪਰ ਸਾਡਾ ਜਿਹੜਾ ਮਿਊਜ਼ਿਕ ਫੀਲਡ ਹੈ ਉਹਦੇ 'ਚ ਬਹੁਤ ਵੱਡਾ ਦਰਜਾ ਹੈ ਉਹਨਾਂ ਦਾ। ਸਰਦੂਲ ਭਾਜੀ ਵੱਲ ਵੇਖ ਵੇਖ ਕੇ ਕਈ ਲੋਕਾਂ ਨੇ ਗਾਉਣਾ ਸਿੱਖਿਆ, ਉਹਨਾਂ 'ਚੋਂ ਮੈਂ ਵੀ ਇੱਕ ਬੰਦਾ। ਉਹਨਾਂ 'ਚੋਂ ਫਿਰੋਜ਼ ਹੈ, ਉਹਨਾਂ 'ਚੋਂ ਕਮਲ ਹੈ, ਲਖਵਿੰਦਰ ਭਾਜੀ ਨੇ। ਬੇਸ਼ੱਕ ਸਾਡੀਆਂ ਫੈਮਲੀਆਂ ਗਾਉਂਦੀਆਂ ਨੇ, ਸਾਡਾ ਬੈਕਗਰਾਊਂਡ ਗਾਣੇ ਦਾ ਹੀ ਹੈ, ਪਰ ਅਸੀਂ ਉਹਨਾਂ ਤੋਂ ਬੜਾ ਕੁਝ ਸਿੱਖਿਆ। ਸਰਦੂਲ ਭਾਜੀ ਲੇਜੈਂਟ, ਬੜਾ ਪਿਆਰ ਦਿੱਤਾ ਮੈਨੂੰ, ਸਾਰਾ ਗੁਲਾਬ ਨਾਲੋਂ ਵੀ ਜ਼ਿਆਦਾ। ਅਤੇ ਮੇਰੀ ਤੁਹਾਨੂੰ ਸਾਰਿਆਂ ਨੂੰ ਅਪੀਲ ਹੈ, ਦੁਆ ਕਰਿਓ ਕਿ ਉਹਨਾਂ ਦੀ ਆਤਮਾ ਨੂੰ ਅੱਲਾ ਪਾਕ ਆਪਣੇ ਚਰਨਾਂ 'ਚ ਲਾਵੇ। ਰੱਬ ਰਾਖਾ। ਸਰਦੂਲ ਭਾਜੀ, ਅਲਵਿਦਾ ਜੀ। ਦੱਸ ਦਈਏ ਕਿ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਉੱਤੇ ਲਾਸਟ ਪੋਸਟ 1 ਨਵੰਬਰ 2020 ਵਿੱਚ ਪਾਈ ਸੀ। ਉਹਨੇ ਕੁਛ ਨਾ ਕੁਛ ਜ਼ਰੂਰ ਮਿਲਦਾ, ਜੋ ਝੁਕ ਜਾਤੇ ਹੈ ਤੇਰੇ ਚਰਨੋਂ ਮੈਂ ਆਕੇ। ਉਹਨੇ ਕੁਛ ਨਾ ਕੁਛ ਮਿਲਦਾ ਹੈ। ਇੱਕ ਯੇ ਭੇਗ ਹੈ ਪੂਰੇ ਜਾਗਰਣ ਮੈਂ, 3 ਘੰਟੇ 4 ਘੰਟੇ ਕੀ ਜਾਗਰਣ, ਜਿਸੇ ਮੈਂ ਜੁੜਨੇ ਕੇ ਲੀਏ ਕਹਿਤਾ ਹੂੰ, ਨਾਚਨੇ ਕੇ ਲੀਏ ਨਹੀਂ ਕਹਿਤਾ, ਤਾਲੀ ਕੇ ਲੀਏ ਨਹੀਂ ਕਹਿਤਾ, ਝੂਮਨੇ ਕੇ ਲੀਏ ਨਹੀਂ ਕਹਿਤਾ। ਅਗਰ ਮਨ ਨਹੀਂ ਝੂਮਾਂ, ਸਰੀਰ ਝੂਮਾਂ ਤੋ ਕਿਆ ਫਾਇਦਾ। ਅਗਰ ਮਨ ਨੇ ਹਜ ਨਹੀਂ ਕੀਆ, ਸਰੀਰ ਨੇ ਹਜ ਕੀਆ ਤੋ ਕਿਆ ਫਾਇਦਾ। ਅਗਰ ਮਨ ਹਰਿਦੁਆਰ ਗਿਆ, ਗਾਇਆ ਗਿਆ ਤੋ ਕਿਆ ਗਿਆ। ਅਗਰ ਮਨ ਨਹੀਂ ਗਿਆ ਤੋ ਫਿਰ ਕੈਸਾ ਗਾਇਆ, ਕੈਸਾ ਨਾ। ਬੈਠੋ ਬੰਬੇ ਵਾਲਿਓ, ਹੁਣ ਨਹੀਂ ਬਹਿਣਾ, ਜਾਣੇ ਕਾ ਰਹਿਣੇ ਕਾ ਨਹੀਂ ਹੈ। ਦੇ ਚਰਨਾ ਦਾ ਚਾਰ ਮਾਈ ਨੀ ਮੈਨੂੰ ਸਤ ਲੱਖ ਇੱਕ ਵਾਰ ਪਾਣੀ ਵਿੱਚ।
बॉम्बे रिकॉर्डिंग ग्राउंड गया होया सीगा ते होटल दी 17 फ्लोर ते वेख्या कि नीचे कोई चौकी हो रही है, आवाज तो नहीं मैनू आ रही पर इन्नी मस्ती दे विच झूम रहे सी, पता नहीं मराठी सी मंगौली सी कौन सी झूम रहे हैं। मैं देखता रहा, एक घंटा खड़ा देखता रहा। मैं माता रानी के चरणों च बेनती की, मां रानी सरदूर सिकंदर नूं पंजाबी गायकी दा बाबा बोहड़ कहा जांदा सी। कुछ महीने पहला उन्हां दी तबीयत खराब हो गई सी, फिर कोरोना वायरस हो गया। उदों तों ही ओह मोहाली दे फोर्टिस्ट हस्पताल विच दाखिल सी। बीते दिन कैबिनेट मंत्री साधु सिंह धर्मसोत भी उन्हां दा हाल जानन दे लई हस्पताल पहुंचे सी, जिथे कि उन्हां ने सरदूर सिकंदर दी धर्म पत्नी अमन नूरी नूं भी हर संभव सहायता करन दा वादा कीता सी। दस दईए कि 5 साल पहला सरदूर सिकंदर दी किडनी दा ट्रांसप्लांट भी होया सी। संगीतक दुनिया दे सिकंदर सरदूर सिकंदर दे देहांत नाल पंजाबी इंडस्ट्री नूं कदी ना पूरा होण वाला घाटा पिया है। शीशा टूटे ते तड़ तड़ होवे, वाह, ते पत्थर टूटे अगला, तारा टूटे आसमान दिक जो, हाय 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 हाय, तारा टूटे आसमान दिक जो, एक जख्म जिहा कर जावे, वाह, पर ए चंद्रा दिल जद भी टूटिया, क्या बात है, एदे टूटिया आवाज ना आवे, क्या बात है, क्या बात है, वे अंबरा ते चाड़ साड़ी हथी डोर छड़ेगा, पता नहीं सी साडे अल्लाह इंज बैर कड़ेगा, तेरे नालों सानू बेचना रब भी करीब नहीं, तेरे कोलो यारा सानू एहो जेही उम्मीद नहीं, वाह, तेरे कोलो यारा सानू एहो जी उम्मीद नहीं सी, क्या बात है, पैर जिथे रख दस अखियां बिछोंदे सी, क्या बात, पहला असी तेनू फिर रब नू त्योंदे सी, वाह, हड़या वाह, पैर जिथे रख दस अखियां बिछोंदे सी, पहला असी तेनू फिर रब नू त्योंदे सी, तेनू पता तेरे बिना, तेनू पता तेरे बिना, वाह, हाय तेनू पता तेरे बिना ईद साड़ी ईद नहीं, तेरे कोलो यारा वे सानू एहो जी उम्मीद नहीं सी, तेरे कोलो यारा सानू एहो जी उम्मीद नहीं सी, क्या बात है, क्या बात है बाबा जी, ब्यूरो रिपोर्ट, जंगला टीवी।